The number you've dialed is not on. Hello. Assalamu alaikum. Where from? Ji, Haji Naim sahab baat kar rahe hain. Main wale bol raha hoon. Ji, Haji sahab na gal ho sakdi? Kaun sa bol rahe? Ji, main unna hilka da ek voter bol raha hai. Number unna te phone kar lo. Unna hi number te unna number chok nahi raha hai kithe ne? Pata nahi sir, main shayad kare. Ji ji. Pata kar lo na number te. Unna number chok nahi raha, tusi kaun bol raha ji? Main unna wale bol raha bhai, kaun bol raha tu? ਮੈਂ ਸਾਹਿਬ ਇੱਕ ਵੋਟਰ ਬੋਲਣਾ ਪਿਆ ਹਲਕੇ ਦਾ ਤੇਰਾ ਕੋਈ ਨਾਂ ਹੈਗਾ ਮੇਰਾ ਵੋਟਰ ਤੂੰ ਕਿੱਥੋਂ ਬੋਲਦਾ ਨਾਂ ਤੇਰਾ ਕੋਈ ਨਹੀਂ ਹੈਗਾ ਆਈ ਸਾਹਿਬ ਐਡੇ ਅਗਰੈਸਿਵ ਕਿਉਂ ਹੋ ਰਿਹਾ ਜੀ ਤੂੰ ਨਾਂ ਦੱਸ ਦੇ ਯਾਰ ਤੂੰ ਐਡਾ ਵੋਟਰ ਚ ਬੋਲਦਾ ਮੈਂ ਦੱਸ ਦੇ ਤੂੰ ਆਈ ਸਾਹਿਬ ਜੋ ਤੁਸੀਂ ਵੋਟ ਲੈਣ ਆਇਆ ਸੀ ਉਦੋਂ ਬੜੇ ਤੁਸੀਂ ਪੋਲਾਈਟ ਸਾ ਜੀ ਹੁਣ ਕਿਉਂ ਐਡੇ ਅਗਰੈਸਿਵ ਜੇ ਕੀ ਹੋਇਆ ਦੱਸ ਯਾਰ ਤੇਰੀ ਮਿਹਰਬਾਨੀ ਤੂੰ ਭਾਈ ਅਗਰ ਨਾਂ ਦੇਈ ਐਡਾ ਤੰਗ ਜੀ ਹੋਣਾ ਪਿਆ ਤੂੰ ਐਡਾ ਵੋਟ ਦੇ ਕੇ ਸਾਡੇ ਤੇ ਭਾਰ ਚ ਛੁੱਟੀ ਪੈਣਾ ਤੂੰ ਵੋਟਰ ਬੋਲਦਾ ਤੂੰ ਤੇਰਾ ਨਾਂ ਹੋਏਗਾ ਕਿ ਨਹੀਂ ਆਈ ਸਾਹਿਬ ਅਗਲੀ ਦਫਾ ਨਹੀਂ ਇਲੈਕਸ਼ਨ ਦੇ ਖਲੋਣਾ ਯਾਰ ਤੇ ਜੇ ਤੇਰੇ ਦੇ ਖਲੋਣ ਕਹੋਗੇ ਤੇ ਫਿਰ ਨਾਂ ਖਲੋਵਾਂਗੇ ਨਹੀਂ ਨਹੀਂ ਆਈ ਸਾਹਿਬ ਇਹ ਤਾਂ ਕੋਈ ਤਰੀਕਾ ਨਹੀਂ ਜੋ ਤੁਸੀਂ ਵੋਟ ਲੈਣ ਆਉਂਦੇ ਉਦੋਂ ਤਾਂ ਬੜੇ ਤੁਸੀਂ ਪੋਲਾਈਟ ਹੁੰਦੇ ਜੀ ਅਗਲੇ ਮੈਂ ਦਿੱਤੇ ਜੇ ਮੈਸੇਜ ਸਾਂਝ ਲਾਣਾ ਪਿਆ ਤੂੰ ਐਂ ਤਰੀਕ ਸ਼ੁਰੂ ਕਰਤੀ ਹੂੰ ਆਈ ਸਾਹਿਬ ਸਾਰੀ ਕੰਪੇਨ ਤੁਸੀਂ ਚਲਾਈ ਹੈ ਉਹਨਾਂ ਦੀ ਮੈਂ ਪੁੱਛਿਆ ਤੂੰ ਮੈਂ ਤੈਨੂੰ ਜੋ ਦਿੰਦਾ ਤੇ ਤੈਨੂੰ ਦੱਸ ਦਿੱਤਾ ਕਿ ਉਹ ਕੋਈ ਤੰਤ ਬੇਦਾਂਗਾ ਪਿਆ ਨਹੀਂ ਨਹੀਂ ਆਈ ਸਾਹਿਬ ਇੱਕ ਮਸਲਾ ਸੀ ਮਸਲੇ ਬਾਰੇ ਗੱਲ ਕਰਨੀ ਸੀ ਤੁਸੀਂ ਐਡੇ ਕਿਉਂ ਹਾਈਪਰ ਹੋ ਰਹੇ ਜੇ ਮੈਂ ਤਾਂ ਆਪਦਾ ਇੱਕ ਮਸਲਾ ਦੱਸਣ ਬਾਰੇ ਫੋਨ ਕੀਤਾ ਹੈ ਮਸਲਾ ਤੇਰਾ ਨਾ ਹੋਵੇ ਤਾਂ ਫੇਰ ਇਹਨਾ ਤੂੰ ਜਨਵਰ ਵਾਲੇ ਕੰਮ ਕਰਨਾ ਪਿਆ ਤੂੰ ਬੰਦਿਆਂ ਦਾ ਕੰਮ ਤੈਨੂੰ 7 ਵਾਰੀ ਨਾ ਪੁੱਛੋ ਦੱਸ ਦੇ ਤੂੰ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਮੈਂ ਤੁਹਾਡੇ ਹਲਕੇ ਦਾ ਇੱਕ ਵੋਟਰ ਬੋਲ ਰਿਹਾ ਮੈਂ ਸਲੀਮ ਨਾਮ ਮੇਰਾ ਤੀਹ ਦਾ ਵੋਟਰ ਤੂੰ ਕਿਹੜਾ ਵੋਟਰ ਬੋਲਣਾ ਪਿਆ ਤੂੰ ਨਾਂ ਤੇਰਾ ਕੋਈ ਨਹੀਂਗਾ ਸਲੀਮ ਨਾਮ ਹੈ ਮੇਰਾ ਹਿਸਾਬ ਦੱਸ ਕਰ ਤੂੰ ਮੇਰਾ ਤੂੰ ਕਿੱਧਰ ਰਹਿੰਦਾ ਗੱਲ ਕਰ ਤੂੰ ਕੰਮ ਦੱਸ ਮੈਂ ਹਿਸਾਬ ਮਗਰ ਵੀ ਸਾਈਡ ਦਿੰਦਾ ਜਿੱਥੇ ਤੁਸੀਂ ਪਹਿਲੇ ਦਿੰਦੇ ਸਾਈ ਉਹ ਸਾਈਡ ਦੇ ਦਿੰਦਾ ਮੈਂ ਨਾਂ ਦੱਸ ਤੂੰ ਆਪਦਾ ਕੰਮ ਦੱਸ ਆਪਦਾ ਮੈਨੂੰ ਕੰਮ ਤਾਂ ਕੋਈ ਵੀ ਨਹੀਂ ਹੋਇਆ ਕੰਮ ਦੱਸਾਂ ਕਿੰਨੇ ਕੰਮ ਦੱਸਾਂ ਕੀ ਕੰਮ ਕਰਵਾਓਗੇ ਕੋਈ ਇੱਕ ਕੰਮ ਤਾਂ ਦੱਸਿਆ ਤੁਹਾਨੂੰ ਕਰਵਾਉਣਾ ਮਤਲਬ ਵੀ ਕਿੰਨੇ ਕੰਮ ਕਰ ਦੋਗੇ ਜੇ ਤੂੰ ਤੇਰੇ ਰੋਜ਼ ਕੰਮ ਅੱਛਾ ਚਲੋ ਇੱਕ ਕੰਮ ਮੈਂ ਤੁਹਾਨੂੰ ਦੱਸ ਦੇਣਾ ਵੀ ਜਿਹੜਾ ਕੋਟ ਮਾਹਨ ਦੀ ਸੜਕ ਹੈ ਉਹ ਕਿਦੋਂ ਤੱਕ ਬਣ ਜਾਏਗੀ ਕੁਝ ਹੈ ਉਮੀਦ ਉਹਨੇ ਬਣਨ ਦੀ ਜਦੋਂ ਬਣ ਜਾਏਗੀ ਤਾਂ ਦੱਸ ਦੇਣਾ ਤੇਰੇ ਤੂੰ ਆਪਦਾ ਕੋਈ ਜ਼ਾਤੀ ਕੰਮ ਕਰ ਦੱਸ ਤੂੰ ਐਡਾ ਤੂੰ ਆਈ ਸਾਹਿਬ ਇਹ ਮੇਰਾ ਜ਼ਾਤੀ ਕੰਮ ਹੀ ਸਮਝ ਲਓ ਇੱਕ ਇਜਤਮਾਈ ਕੰਮ ਜਿਹਦੇ ਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ ਜ਼ਾਤੀ ਕੰਮ ਦੀ ਨਿਸਬਤ ਉਹ ਤਾਂ ਯਾਰ ਇਹ ਦੀ ਗੱਲ ਕਰਨਾ ਮੈਂ ਤੂੰ ਪਤਾ ਨਹੀਂ ਤੂੰ ਸਾਡੇ ਤੇ ਕੋਈ ਬੜਾ ਵੱਡਾ ਕੋਈ ਅਫਸਰ ਲੱਗਿਆ ਤੁਹਾਨੂੰ ਇਹ ਹੁਕਮ ਦੇਣਾ ਪਿਆ ਤੂੰ ਨਹੀਂ ਨਹੀਂ ਸਾਹਿਬ ਮੈਂ ਹੁਕਮ ਨਹੀਂ ਦੇ ਰਿਹਾ ਮੈਂ ਤਾਂ ਇੱਕ ਆਪਣੀ ਰਿਕੁਐਸਟ ਕੀਤੀ ਹੈ ਵੀ ਤੁਸੀਂ ਮੈਨੂੰ ਦੱਸ ਦਿਓ ਵੀ ਕੋਈ ਅੰਦਰ ਚਾਂਸ ਹੈ ਜੇ ਬੰਨਣ ਦੇ ਮੈਂ ਕਿਵੇਂ ਪਤਾ ਸਾਰੇ ਹਲਕਾ ਤੂੰ ਚੁੱਕ ਕੇ ਸਿਰ ਤੇ ਖਲੋਤਾ ਹੈ ਨਹੀਂ ਨਹੀਂ ਪਾ ਤਾਂ ਤੁਸੀਂ ਜ਼ਾਹਿਰ ਹਲਕੇ ਦਾ ਤੁਹਾਡੇ ਜ਼ਿੰਮੇ ਆ ਤੇ ਇਸ ਵਾਰ ਮੈਂ ਤੁਹਾਨੂੰ ਪੁੱਛਿਆ ਵੀ ਇਹ ਪਤਾ ਕਿੰਨਾ ਕਰਦਾ ਜਿਵੇਂ ਤੂੰ ਕਰਨਾ ਮੈਂ ਤਾਂ ਬਹੁਤ ਪੋਲਾਈਟ ਤਰੀਕੇ ਨਾਲ ਗੱਲ ਕੀਤੀ ਸਾਹਿਬ ਮਾਈਂਡ ਕਿਉਂ ਕਰਦਾ ਜੀ ਇਹਨੂੰ ਕੋਈ ਖਬਰ ਲੱਗ ਰਿਹਾ ਤੇ ਤੂੰ ਮੇਰਾ ਮਤਲਬ ਵੀ ਤੂੰ ਗੱਲ ਕਰਦੀ ਕਰ ਨਹੀਂ ਨਹੀਂ ਆਈ ਸਾਹਿਬ ਮੈਂ ਜੀ ਕਰ ਮੈਂ ਤੂੰ ਕੋ ਚਿੜ ਚਿੜ ਕੀਤੀ ਜਾਂਦਾ ਆਈ ਸਾਹਿਬ ਜੋ ਤੁਸੀਂ ਵੋਟ ਲੈਣ ਆਏ ਸਾ ਜੀ ਉਦੋਂ ਤੁਸੀਂ ਬੜੇ ਪਿਆਰ ਨਾਲ ਇੱਜ਼ਤ ਨਾਲ ਤਰੀਕੇ ਨਾਲ ਮਿਲੇ ਸਾ ਜੀ ਉਦੋਂ ਤੁਸੀਂ ਆਪ ਕਰਦੇ ਸਾ ਜੀ ਹੁਣ ਤੁਸੀਂ ਤੂੰ ਤੇ ਉਤਰ ਜੇ ਇਹ ਤਾਂ ਕੋਈ ਤਰੀਕਾ ਨਹੀਂ ਹੈ ਪਤਾ ਤੇ ਮੇਰਾ ਮਤਲਬ ਖੱਚਾ ਨੂੰ ਮੇਰਾ ਤੂੰ ਛੱਡ ਕੇ ਬੁਲਾਣਾ ਨਹੀਂ ਚਾਹੀਦਾ ਜਿੰਨੀ ਤੂੰ ਗਲਤ ਗੱਲਾਂ ਕਰਨਾ ਪਿਆ ਮੈਂ ਤਾਂ ਮੇਰਾ ਤੁਸੀਂ ਚੈੱਕ ਕਰ ਲਓਗੇ ਤੁਸੀਂ ਥੋੜਾ ਆਪਦੀ ਮੈਮੋਰੀ ਨੂੰ ਪਿੱਛੇ ਲੈ ਕੇ ਜਾਓ ਤੇ ਮੈਂ ਕੋਈ ਤੁਹਾਨੂੰ ਗਲਤ ਗੱਲ ਨਹੀਂ ਕੀਤੀ ਹਾਲ ਤੱਕ ਬਿਲਕੁਲ ਮੈਂ ਤਮੀਜ਼ ਦੇ ਦਾਇਰੇ ਚ ਰਹਿੰਦੇ ਹੋ ਤੁਹਾਡੇ ਨਾਲ ਗੱਲ ਕੀਤੀ ਹੈ ਤੈਨੂੰ ਵੀ ਮੇਰਾ ਤੂੰ ਨਾ ਦੱਸ ਕੰਮ ਦੱਸ ਤੂੰ ਉਹ ਤਕਰੀਰ ਸ਼ੁਰੂ ਕਰਦੀ ਹੈ ਮੈਂ ਤੁਹਾਨੂੰ ਦੋ ਦਫਾ ਅੱਗੇ ਨਾ ਦੱਸ ਚੁੱਕਿਆ ਸਲੀਮ ਬੋਲਣਾ ਪਿਆ ਠੀਕ ਹੈ ਮੈਂ ਤੁਹਾਨੂੰ ਇਜਤਮਾਈ ਮਸਲਾ ਦੱਸਿਆ ਤੁਸੀਂ ਮੈਨੂੰ ਕਿਹਾ ਵੀ ਆਪਦਾ ਇਨਫਰਾਦੀ ਮਸਲਾ ਦੱਸ ਹਾਲਾਂਕਿ ਇਜਤਮਾਈ ਮਸਲੇ ਜ਼ਿਆਦਾ ਅਹਿਮੀਅਤ ਹੁੰਦੀ ਹੈ ਤੂੰ ਗੱਲਾਂ ਕਰ ਰਹਾ ਮੈਂ ਤੂੰ ਪਤਾ ਨਹੀਂ ਪਾਇਆ ਕੀ ਹੈ ਤੂੰ ਆਈ ਸਾਹਿਬ ਮੈਂ ਕੋਈ ਗੱਲ ਨਹੀਂ ਕੀਤੀ ਮੈਨੂੰ ਦੱਸੋ ਮੈਂ ਤੁਹਾਨੂੰ ਸਿਰਫ ਇੱਕ ਮਸਲਾ ਪੁੱਛਿਆ ਵੀ ਕੋਟ ਬਾਹਾਂ ਦੀ ਜੇ ਸੜਕ ਹੈ ਉਹ ਕਦੋਂ ਤੱਕ ਬਣ ਜਾਏਗੀ ਇਹ ਨੰਬਰ ਤੇਰਾ ਆਪਦਾ ਹੈ ਜੀ ਬਿਲਕੁਲ ਮੇਰਾ ਆਪਦਾ ਨੰਬਰ ਹੈ ਚਲੋ ਵੇਖ ਲੈਣੇ ਸਰ ਪੁੱਛ ਲੈਣਾ ਸਰ ਮੈਂ